ਸਿਕਾ ਹਾਲ ਸਾਰਿਆਂ ਨੂੰ ਕੀ ਹਾਲ ਚਾਲ ਆ। ਲਓ ਤੁਹਾਡੇ ਐਸੇ ਕੰਮ ਦੀ ਵੀਡੀਓ ਇੱਕ ਹੋਰ ਲੈ ਕੇ ਆਇਆ। ਤੁਸੀਂ ਸਾਰਿਆਂ ਨੇ ਈਜ਼ੇ ਬਣਾ ਲਈ ਹੋਣੀ ਆ, ਰੀਨਿਊ ਕਰਵਾ ਲਈ ਹੋਣੀ ਆ। ਜਿਹੜੇ ਮੇਰੇ ਵੀਰਾਂ ਦੀਆਂ ਫੈਮ ਲਗਾ ਇੱਥੇ ਆ। ਈਜ਼ੇ ਬਣਾ ਲਈ ਹੋਣੀ ਆ ਤਾਂ ਕਿ ਜਿਹੜਾ ਸੈਨਿਓਨ ਕੋਆ ਦਾ ਜਾਂ ਜਿਹੜੇ ਬੋਨਸ ਆ ਉਹਨਾਂ ਦਾ ਫਾਇਦਾ ਲੈਣ ਵਾਸਤੇ ਇਹ ਈਜ਼ੇ ਆਪਾਂ ਨੂੰ ਬਣਾਉਣੀ ਪੈਂਦੀ ਹੈ। ਇਹਦੇ ਤੇ ਆਪਾਂ ਪਹਿਲਾਂ ਹੀ ਬਹੁਤ ਵੀਡੀਓ ਜਿਹੜੀਆਂ ਪਾ ਚੁੱਕੇ ਆ। ਤੇ ਹੁਣ ਜਿਹੜੇ ਮੇਰੇ ਵੀਰਾਂ ਦੀ ਈਜ਼ੇ ਬਣ ਗਈ ਆ, ਰੀਨਿਊ ਹੋ ਗਈ ਆ। इजे नु कैलकुलेट किमे करीदा इजे नु किमे पढ़ीदा ओ आज ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ ਵੀ इजे नु ਆਪਾਂ ਪੜ ਕਿਵੇਂ ਸਕਦੇ ਆ ਤੇ ਇਹਨੂੰ ਕੈਲਕੂਲੇਟ ਕਿਵੇਂ ਕਰ ਸਕਦੇ ਆ ਕੀਜ਼ੇ इजे ਵੇਖ ਰਹੇ ਆ ਪਹਿਲਾਂ ਤੁਸੀਂ ਆਹ इजे इजे ਦਾ ਮਤਲਬ ਹੁੰਦਾ ਇੰਡੀਕਾ ਤੋਰੇ ਡੇਲਾ ਸਿਟੂਆਸਿਓਨੇ ਇਕੋਨੋਮੀਕਾ ਇਕਵਾਲੈਂਟ ਮਤਲਬ ਬਰਾਬਰ ਆਰਥਿਕ ਸਥਿਤੀ ਤੁਹਾਡੀ ਕੀ ਸਾਰੇ ਸਾਰੇ ਪਰਿਵਾਰ ਦੀ ਕੀ ਦਾ ਮਤਲਬ ਸਾਰੇ ਪਰਿਵਾਰ ਦੀ ਆਰਥਿਕ ਸਥਿਤੀ ਕੀ ਉਹਨੂੰ ਕਹਿੰਦੇ ਆ ਈਜ਼ੀ ਤੇ ਅੱਗੇ ਗੱਲ ਕਰਦੇ ਆ ਦੋਸਤੋ ਜਿਹੜਾ ਈਜ਼ੀ ਦਾ ਸਰਟੀਫਿਕੇਟ ਹੁੰਦਾ ਇਹਦੇ ਤੇ ਪਹਿਲੀ ਪਹਿਲਾ ਐਸ ਜਿੱਥੇ ਐਰੋ ਮਾਰਕ ਦੇਖ ਰਹੇ ਆ ਨਿਊਕਲੀਓ ਫੈਮਿਲੀ ਆਰੇ ਦਾ ਜ਼ਾਦਿਕਰ ਦਿੰਦੇ ਮਤਲਬ ਰਜਿਸਟਰਾਰ ਮਤਲਬ ਤੁਹਾਡੇ ਨਾਮ ਦੀ ਈਜ਼ੀ ਬਣੀ ਆ ਤੁਹਾਡਾ ਜਿਹੜਾ ਪਰਿਵਾਰ ਆ ਉਹਦਾ ਸਾਰਾ ਬਾਇਓ ਡਾਟਾ ਇਸ ਜਿਹੜੇ ਖਾਨੇ ਦੇ ਵਿੱਚ ਆ ਜਾਂਦਾ ਮਤਲਬ ਤੁਹਾਡੇ ਤੁਸੀਂ ਤੁਹਾਡੀ ਫੈਨ ਵਾਈਫ ਤੁਹਾਡੇ ਬੱਚੇ ਸਾਰਿਆਂ ਦੇ ਨਾਂ ਕੋੜੀ ਫਿਸਕਲੇ ਵਗੈਰਾ ਇਸ ਮਤਲਬ ਪੈਰਾਗ੍ਰਾਫ ਦੇ ਵਿੱਚ ਆਉਂਦੇ ਆ ਤੇ ਅੱਗੇ ਚੱਲਦੇ ਆ ਦੋਸਤੋ ਅੱਗੇ ਉਸ ਤੋਂ ਥੱਲੇ ਤੁਸੀਂ ਵੇਖੋਗੇ ਇਸ ਏ ਆਰਡੀਨਰੀਓ ਇਸ ਏ ਆਰਡੀਨਰੀ ਆ ਇਹਦੇ ਸਾਹਮਣੇ ਲਿਖਿਆ ਵੇਖ ਹੀ ਰਹੇ ਤੁਸੀਂ ਇੰਡੀਕਾ ਤੌਰੇ ਦਾ ਲ ਸਿਚੂਾਸੋ ਨੇ ਇਕਨੋਮਿਕਾ ਇਕੁਆਵਲੈਂਟ ਮਤਲਬ ਇਹ ਆ ਤੁਹਾਡੀ ਈਜ਼ ਏ ਆ ਬਣੀ ਆ ਈਜ਼ੇ ਤੁਹਾਡੀ ਆ ਚੀਜ਼ ਮਤਲਬ ਤੁਹਾਡੀ ਈਜ਼ੇ ਕਿੰਨੀ ਹੈ ਜੇਕਰ ਤੁਹਾਨੂੰ ਕੋਈ ਪੁੱਛੇ ਤੁਸੀਂ ਆ ਵੇਖ ਰਹੀਆਂ ਵੀ ਤੁਹਾਡੀ ਕਿੰਨੀ ਈਜ਼ੇ ਆ ਆ ਚੀਜ਼ ਆ ਤੁਹਾਡੀ ਈਜ਼ੇ ਅੱਗੇ ਚੱਲਦੇ ਆ ਈਜ਼ੇ ਪੜਨੀ ਕਿਵੇਂ ਆਪਾਂ ਬੱਕਿਆ ਹੱਥ ਕਿਹੜਾ ਛੱਡੋ ਤੇ ਆ ਹੋ ਗਈ ਤੁਹਾਡੀ ਈਜ਼ੇ ਮਤਲਬ ਕਿੰਨੀ ਤੁਹਾਡੀ ਈਜ਼ੇ ਆ ਇਹ ਤੁਹਾਡੇ ਸਾਰੇ ਫੈਮਿਲੀ ਦੀ ਮਤਲਬ ਤਿੰਨ ਪਰਿਵਾਰਾਂ ਜਾਂ ਚਾਰ ਪਰਿਵਾਰ ਚਾਰ ਜੀ ਜਾਂ ਤਿੰਨ ਜੀ ਸਾਰਿਆਂ ਦੀ ਇਹ ਬਰਾਬਰ ਹੋਊਗੀ ਇੱਕਸਾਰ ਹੋਊਗੀ ਇਸੇ ਮਤਲਬ ਸਾਰਿਆਂ ਦੀ ਇਹ ਬਰਾਬਰ ਹੋਣੀ ਆ ਅੱਗੇ ਚੱਲਦੇ ਆ ਦੋਸਤੋ ਅੱਗੇ ਆ ਜਾਓਗੇ ਤੁਸੀਂ ਕੈਲਕੂ ਕੈਲਕੂਲੋ ਕੈਲਕੂਲੋ ਇਸੇ ਆਰਡੀਨਾਰੀਓ ਮਤਲਬ ਜਿਹੜੀ ਆਮ ਇਸੇ ਦਾ ਕੈਲਕੂਲੇਟ ਕਿਵੇਂ ਕੀਤਾ ਜਾਂਦਾ ਇਹ ਇਹ ਸਾਰਾ ਕੁਝ ਇਹਦੇ ਵਿੱਚ ਆਹ ਖਾਨਿਆਂ ਦੇ ਵਿੱਚ ਇਹ ਮੈਂ ਤੁਹਾਨੂੰ ਦੱਸਦਾ ਕਲਾ ਕਲਾ ਵੀ ਕੈਲਕੂਲੇਟ ਆਪਾਂ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲਾਂ ਆਹ ਆ ਇੱਥੇ ਤੁਸੀਂ ਦੇਖ ਰਹੇ ਹੋ ਇਹਦੀ ਕਰ ਤੋਰੇ ਸਿਚੁਏਸ਼ਨ ਹੈ ਇਹਦੀ ਟੂ ਵਾਲੀ ਮਤਲਬ ਇਹ ਆ ਜਾਂਦੀ ਹੈ ਤੁਹਾਡੀ ਜਿਹੜੀ ਆਮਦਨ ਦੀ ਸਥਿਤੀ ਮਤਲਬ ਕਿੰਨੀ ਤੁਸੀਂ ਕਮਾਈ ਕੀਤੀ ਆ ਪਿਛਲੇ ਸਾਲ ਦੇ ਵਿੱਚ ਜਦੋਂ ਦੀ ਜਿਹੜੇ ਸਾਲ ਦੀ ਈਜ਼ ਹੈ ਮਤਲਬ ਕਿੰਨੀ ਤੁਸੀਂ ਕਮਾਈ ਕੀਤੀ ਆ ਇਹ ਤੁਹਾਡੀ ਆ ਜਾਂਦੀ ਆ ਆਮਦਨ ਦੀ ਸਥਿਤੀ ਇੰਡੀਕੇਟੋਰੇਸ ਯੂਅਸਚਿਓਨੇ ਰੈਡਿਟਵਾਲੇ ਆਮਦਨ ਦੀ ਸਥਿਤੀ ਤੇ ਉਸ ਤੋਂ ਅੱਗੇ ਇੰਡੀਕੇਟੋਰੇ ਸਿਚੁਆਸਿਓਨੇ ਪੈਟਰੋਮੋਨਿਅਲੇ ਪੈਟਰੋਮੋਨਿਅਲੇ ਦਾ ਮਤਲਬ ਹੁੰਦਾ ਬੈਲੈਂਸ ਸ਼ੀਟ ਮਤਲਬ ਪੈਟਰੋਮੋਨਿਅਲੇ ਪੈਟਰੋਮੋਨਿਅਲੇ ਇਸ ਜਿਹੜੀ ਮੈਂ ਇਹ ਵੀ ਵਿਖਾ ਰਿਹਾ ਆ ਇਹਦੇ ਵਿੱਚ ਜ਼ੀਰੋ ਆ ਇਹ ਬੈਲੈਂਸ ਸ਼ੀਟ ਦਾ ਮਤਲਬ ਹੁੰਦਾ ਜਿਹੜਾ ਆ ਏਰੀਆ ਸੌਰੀ ਜਿਹੜਾ ਆਹ ਏਰੀਆ ਇੱਕ ਮਿੰਟ ਪੈਨਸਲ ਜਿਹੜਾ ਆਹ ਏਰੀਆ ਆਹ ਆ ਏਰੀਆ ਇਹ ਜਿੱਥੇ ਜਿੰਨੀ ਤੁਹਾਡੀ ਪ੍ਰਾਪਰਟੀ ਆ ਉਹ ਇਹਦੇ ਵਿੱਚ ਸ਼ੋ ਹੁੰਦੀ ਆ ਮਤਲਬ ਤੁਹਾਡੀ ਪ੍ਰਾਪਰਟੀ ਆਪਣੀ ਕਿੰਨੀ ਆ ਇਸ ਏਰੀਏ ਦੇ ਵਿੱਚ ਸ਼ੋ ਹੁੰਦੀ ਆ ਤੇ ਜਿਹੜਾ ਆ ਉੱਪਰ ਏਰੀਆ ਦਿਖਾਇਆ ਸੀ ਮੈਂ ਇਸ ਏਰੀਏ ਦੇ ਵਿੱਚ ਮਤਲਬ ਤੁਹਾਡੀ ਆਮਦਨੀ ਪਿਛਲੇ ਕਿੰਨੇ ਕੀ ਸੀਗੀ ਸਾਲ ਦੀ ਆਮਦਨੀ ਰੇ ਦੀਤ ਵਾਲੇ ਠੀਕ ਆ ਉਸ ਤੋਂ ਅੱਗੇ ਅੱਗੇ ਆ ਗਿਆ ਆਹ ਚੀਜ਼ ਇੰਦੀ ਕਾ ਤੋਰੇ ਸਿਚੁਏਸ਼ਨੋ ਇਕਨੋਮਿਕਾ ਆਈ ਐਸ ਈ ਇਹ ਈਜ਼ੇ ਨਹੀਂ ਗੀ ਇਹ ਹੈਗਾ ਇੰਦੀ ਕਾ ਤੋਰੇ ਸਿਚੁਏਸ਼ਨੋ ਇਕਨੋਮਿਕਾ ਮਤਲਬ ਜਿਹੜੀ ਆਰਥਿਕ ਸਥਿਤੀ ਤੁਹਾਡੀ ਆਰਥਿਕ ਸਥਿਤੀ ਆਰਥਿਕ ਸਥਿਤੀ ਸੂਚਕ ਕਹਿ ਸਕਦੇ ਆ ਇਹਨੂੰ ਆਪਾਂ ਇਹ ਇਹ ਮਤਲਬ ਜਿਵੇਂ ਇਹਦੇ ਚ ਦੱਸੀ ਗਈ ਹੈ 20000 100 ਕੋਸ਼ਾ ਮਤਲਬ ਇਹ ਈਜ਼ੇ ਨਹੀਂ ਗੀ ਤੁਹਾਡੀ ਠੀਕ ਹੈ ਈਜ਼ੇ ਜਿਹੜੀ ਮੈਂ ਉੱਪਰ ਦੱਸਿਆ ਸੀ ਆ ਚੀਜ਼ ਈਜ਼ੇ ਇਸ ਤਰ੍ਹਾਂ ਦੀ ਆ ਉੱਪਰ ਵਾਲੀ ਇਹ ਆ ਈਜ਼ੇ ਇਹ ਈਜ਼ੇ ਕਿਵੇਂ ਨਿਕਲਦੀ ਆ ਹੁਣ ਮੈਂ ਤੁਹਾਨੂੰ ਇਹ ਦੱਸਦਾ ਤੇ ਉਸ ਤੋਂ ਅੱਗੇ ਥੱਲੇ ਇੱਕ ਚੀਜ਼ ਹੋਰ ਰਹਿ ਗਈ ਵਲੋਰੇ ਦੇਲਾ ਸਕਾਲਾ ਦੀ ਇਕੋਵਲੈਂਟ ਤੇ ਸਮਾਨਤਾ ਸੰਕੇਤ ਕਹਿ ਸਕਦੇ ਇਹਨੂੰ ਪੰਜਾਬੀ ਚ ਆਪਾਂ ਸਮਾਨਤਾ ਸੰਕੇਤ ਜਿਵੇਂ ਦੋ ਐਰੋਸ ਚ ਵਾਲੀ ਸੈਂਟੀਆਂ ਇੱਥੇ ਠੀਕ ਹੈ ਇੱਥੇ ਹੁਣ ਇੱਕ ਚੀਜ਼ ਨੋਟ ਕਰ ਲਿਓ ਬੀ ਇਜ਼ੀ ਦੋਲੀ ਆਈ ਕਿਵੇਂ ਆ ਬਣੀ ਕਿਵੇਂ ਆ ਇਹ ਮਤਲਬ ਜਿਹੜੀ ਆ ਉੱਪਰ 8000 ਕੁਛ ਇਜ਼ੀ ਇਹ ਜਿਹੜੀ ਬਣੀ ਸੀਗੀ ਇਹ ਬਣੀ ਕਿਵੇਂ ਆ ਇੱਥੇ ਤੁਸੀਂ ਇੱਕ ਆ ਚੀਜ਼ ਦੇਖੋਗੇ ਜਦੋਂ ਸੋਰੀ ਆ ਚੀਜ਼ ਜਿਹੜੀ ਇਕਨੋਮਿਕਾ ਇੰਡੀਕੇਟ ਕਰ ਰਹੀ ਸਿਚੁਏਸ਼ਨ ਇਕਨੋਮਿਕਾ ਮਤਲਬ ਤੁਹਾਡੀ ਆਰਥਿਕ ਸਥਿਤੀ ਮਤਲਬ ਜਿਹੜੀ ਬਣੀ ਸੀਗੀ ਤੁਹਾਡੀ ਆਰਥਿਕ ਸਥਿਤੀ ਇਹਦੇ ਚ ਜਿੰਨਾ ਬਣਿਆ ਸੀਗਾ 20 ਯਰ ਕੁਸ਼ ਆ ਜੀ ਜੇ ਇਹ ਚੀਜ਼ ਨੂੰ ਆ ਜਿਹੜੀ ਥੱਲੇ ਸਭ ਤੋਂ ਲਾਸਟ ਤੇ ਤੁਸੀਂ ਵੇਖ ਰਹੇ ਹੋ 2.46 ਸੈਂਟੀਆਂ ਇਹ ਆਰਥਿਕ ਸਥਿਤੀ ਨੂੰ ਆਹ 2.46 ਸੈਂਟੀਆਂ ਜਿਹੜਾ ਵਲੋਰੇ ਦੇ ਲਾਸਕਾ ਵਲੋਰੀ ਦੇ ਲਸਕਾ ਹੁੰਦਾ ਵੀ ਬਰਾਬਰ ਦਾ ਵੰਡਣਾ ਇਹਨੂੰ ਬਰਾਬਰ ਦਾ ਵੰਡਣਾ ਆ ਉੱਪਰ ਵਾਲੀ ਇੰਡੀਕਾ ਤੌਰੇ ਸਿਚੁਏਸ਼ਨ ਇਕਨੋਮਿਕ ਮਿਕਾ ਨੂੰ ਵਲੋਰੀ ਨਾਲ ਜਦੋਂ ਤੁਸੀਂ ਵੰਡੋਗੇ ਡਿਵਾਈਡ ਕਰੋਗੇ ਆ 2139 ਨੂੰ 2.46 ਨਾਲ ਜਦੋਂ ਡਿਵਾਈਡ ਕਰੋਗੇ ਇਹ ਤੁਹਾਡੀ ਜਿਹੜੀ ਇਹ ਈਜ਼ੇ ਨਿਕਲ ਆਉਣੀ ਆ ਮਤਲਬ ਇਹ ਬਣ ਜਾਣੀ ਹੈ ਤੁਹਾਡੀ ਈਜ਼ੇ ਜਿਹੜੀ ਆ ਉੱਪਰ ਬਣ ਚੁੱਕੀ ਆ ਮਤਲਬ ਜਿਹੜੀ ਤੁਹਾਡੀ ਸਾਰੀ ਆਰਥਿਕ ਸਥਿਤੀ ਆ ਉਹਨੂੰ ਮਤਲਬ ਪੂਰੇ ਫੈਮਿਲੀ ਦੇ ਵਿੱਚ ਜਦੋਂ ਡਿਵਾਈਡ ਕਰੋਗੇ ਉਹ ਤੁਹਾਡੀ ਹੁੰਦੀ ਆ ਈਜ਼ੇ ਐਂ ਬੰਦੀ ਆ ਐ ਕੈਲਕੂਲੇਟ ਹੁੰਦੀ ਆ ਈਜ਼ੇ ਈਜ਼ੇ ਦੇ ਵਿੱਚ ਸਾਰਾ ਕੁਝ ਆ ਜਾਂਦਾ ਵੀ ਕਿੰਨੀ ਤੁਹਾਡੀ ਆਮਦਨ ਤੇ ਕਿੰਨੀ ਤੁਹਾਡੀ ਪ੍ਰਾਪਰਟੀ ਆ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਮੰਨ ਲਓ ਇਹਦੇ ਵਿੱਚ ਜੇ ਕੋਈ ਪ੍ਰਾਪਰਟੀ ਆਈ ਹੁੰਦੀ ਜਾਂ ਇਸ ਏਰੀਆ ਦੇ ਵਿੱਚ ਜੇ ਪ੍ਰਾਪਰਟੀ ਸ਼ੋ ਹੋਈ ਹੁੰਦੀ ਤੇ ਇਹ ਈਜ਼ੇ ਹੋਰ ਵੱਧ ਜਾਣੀ ਸੀਗੀ ਜਾਂ ਕਮਾਈ ਆਮਦਨ ਵਧੀ ਸ਼ੋ ਹੁੰਦੀ ਇਹ ਇਜ਼ੇ ਹੋਰ ਵਾਜਣੀ ਸੀ ਤੇ ਪਰ ਇਹਦੇ ਚ ਇੰਨਾ ਕੁਛ ਨਹੀਂਗਾ ਇਹ ਇਜ਼ੇ ਬਣੀਆ तकरीबन ਚਾਰ ਫੈਮਿਲੀ ਮੈਂਬਰਾਂ ਵਾਸਤੇ 8186 ਤੇ ਲਾਸਟ ਤੇ ਮੈਂ ਦੱਸਦਾ ਇਹਦੀ ਵੈਲਿਡਿਟੀ ਲਾਸਟ ਤੇ ਇਹਦੀ ਵੈਲਿਡਿਟੀ ਆ ਤੁਸੀਂ ਵੇਖ ਰਹੇ ਹੋ 31 ਦਸੰਬਰ 2023 ਔਰ ਇਜ਼ੇ ਦੀ ਜਿਹੜੀ ਵੈਲਿਡਿਟੀ 31 ਦਸੰਬਰ 2023 ਨੂੰ ਹਰ ਸਾਲ ਜਿਹੜੀ ਖਤਮ ਹੁੰਦੀ ਆ ਤੇ ਆ ਉੱਪਰ ਜਿਹੜੀ ਡੇਟ ਆ ਜਾਂਦੀ ਕਿਹੜੀ ਡੇਟ ਨੂੰ ਇਹ ਇਸ਼ੂ ਹੋਈ ਆ ਇਜ਼ੇ ਇਹ ਸੀਗਾ ਮੋਟਾ-ਮੋਟਾ ਜਿਹਾ ਈਜ਼ੇ ਦੀ ਜਾਣਕਾਰੀ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੀ ਪਤਾ ਤੇ ਇਹ ਵੀਡੀਓ ਸੀਗੀ ਉਹਨਾਂ ਮੇਰੇ ਵੀਰਾਂ ਵਾਸਤੇ ਜਿਨ੍ਹਾਂ ਨੂੰ ਈਜ਼ੇ ਦਾ ਨਹੀਂ ਪਤਾ ਸੀ ਵੀ ਕਿਵੇਂ ਕੈਲਕੂਲੇਟ ਕਰੀਦੀ ਹੈ ਕਿਉਂਕਿ ਕਈ ਮੇਰੇ ਵੀਰ ਇਹੇ ਸਮੇਂ ਦੇ ਰਹਿੰਦੇ ਆ ਵੀ ਜਿਹੜੀ ਆਹ ਆਹ ਚੀਜ਼ ਆਹ ਚੀਜ਼ ਇਹ ਹੀ ਆ ਈਜ਼ੇ BB 136 ਇਹ ਆ ਈਜ਼ੇ ਇਹ ਨਹੀਂ ਦੋਸਤੋ ਈਜ਼ੇ ਜਿਹੜੀ ਆਮਤੋਂ ਦਾ ਸੀਮ ਮੀਨ ਇਜ਼ੇ ਇਜ਼ੇ ਆਰਡੀਨਾਰੀਓ ਇੱਥੇ ਆ ਆ ਚੀਜ਼ ਆਏਗੀ ਇਹਦੇ ਚਾ ਇਜ਼ੇ ਆਰਡੀਨਾਰੀਓ ਮਤਲਬ ਤੁਹਾਡੀ ਇਜ਼ੇ ਕਿੰਨੀ ਨਿਕਲਦੀ ਆ ਫੈਮਿਲੀ ਮੈਂਬਰ ਦੇ ਹਿਸਾਬ ਨਾਲ ਇੱਕ ਮੈਂਬਰ ਦੀ ਕਿੰਨੇ ਇਜ਼ੇ ਬਣਦੀ ਆ ਤਾਂ ਇਹੀ ਸੀ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਸਤਿ ਸ੍ਰੀ ਅਕਾਲ